ਅਸਲਾਮੁਅਲੈਕਮ ਤੇ ਸਾਰੇ ਭਰਾਵਾਂ ਦਾ ਕੀ ਹਾਲ ਚਾਲ ਹੈ ਬੇਲੀਓ ਸਜਣੋ ਤੇ ਮਿੱਤਰੋ ਤੇ ਮੈਂ ਸੋਚਿਆ ਯਾਰ ਬੜੀਆਂ ਵੀਡੀਓ ਬਣਾ ਚੁੱਕੇ ਆ ਤੇ ਕੀ ਖਿਆਲ ਹੈ ਅੱਜ ਇੱਕ ਆਪਦੇ ਸ਼ਹਿਰ ਦੀ ਵੀਡੀਓ ਹੀ ਬਣਾ ਦਈਏ ਤੇ ਮੈਂ ਸੋਚਿਆ ਫਿਰ ਮੈਂ ਇਹ ਵੀਡੀਓ ਬਣਾਈ ਚੈੱਕ ਕਰੋ ਯਾਰ ਸਾਡਾ ਸ਼ਹਿਰ ਚੈੱਕ ਕਰੋ ਇਹ ਸ਼ਹਿਰ ਅਸਾ ਹੈ ਕਿ ਤੁਹਾਨੂੰ ਇੱਥੇ ਹਰ ਚੀਜ਼ ਮਿਲੇਗੀ ਤੇ ਮਿਲੇਗੀ ਇੰਪੋਰਟਡ ਤੇ ਚੀਜ਼ ਵੀ ਸਸਤੀ ਹੋਵੇਗੀ ਇੱਥੇ ਉਹਦਾ ਤੁਸੀਂ ਗੋਲ ਚੱਕਰ ਦਾ ਮিনার ਵੇਖੋਗੇ ਤੇ ਤੁਹਾਨੂੰ ਯਕੀਨ ਕਰੋ ਲਾਹੌਰ ਵਾਲਾ ਕਰਤਬਾ ਚੌਕ ਦਾ ਮিনার ਯਾਦ ਆ ਜਾਏਗਾ ਇਹ ਸ਼ਹਿਰ 24 ਘੰਟੇ ਖੁੱਲਿਆ ਰਹਿੰਦਾ ਇੱਥੇ ਤੁਹਾਨੂੰ ਤਕਰੀਬਨ ਹਰ ਚੀਜ਼ ਟੋਡੀ ਤੋੜੀ ਖੁਸ਼ੀ ਦੀ ਹਰ ਚੀਜ਼ ਤੁਹਾਨੂੰ ਮਿਲ ਜਾਏਗੀ ਤੁਹਾਡੇ ਤੁਹਾਡੀ ਮਰਜ਼ੀ ਦੇ ਮੁਤਾਬਕ ਹਰ ਚੀਜ਼ ਤੁਹਾਨੂੰ ਮਿਲੇਗੀ ਇਹ ਸ਼ਾਇਰ ਬਹੁਤ ਹੀ ਅੱਛਾ ਸ਼ਾਇਰ ਹੈ ਇਹ ਮੇਰਾ ਸ਼ਾਇਰ ਹੈ ਚੈੱਕ ਕਰ ਰਹੇ ਹਾਂ ਇਹ ਸ਼ਾਮ ਦਾ ਟਾਈਮ ਹੈ ਗੱਡੀਆਂ ਆ ਰਹੀਆਂ ਨੇ ਜਾ ਰਹੀਆਂ ਨੇ ਹੈ ਇਹ ਉਹੀ ਸ਼ਾਇਰ ਹੈ ਬੋਲ ਜਿੰਨੇ ਪਿਛੇ ਜੇ ਇੱਕ ਟਿਕਟੋਕ ਮਸ਼ਹੂਰ ਹੋਈ ਸੀ ਉਹ ਮੁੰਡੇ ਨੇ ਕਿਹਾ ਕਿ ਯਾਰ ਉਹ ਕਮਲੀਏ ਤੂੰ ਸਾਡੇ ਸ਼ਹਿਰੋਂ ਲੰਗੀ ਤੇ ਦਰਸਿਆ ਤੱਕ ਨਾ ਹੈ ਉਹਨੇ ਕਿਹਾ ਉਹੀ ਸੀ ਸਭ ਕੁਝ ਤੇਨੂੰ ਛੱਡ ਕੇ ਉਹ ਉਹੀ ਦੀ ਗੱਲ ਨਹੀਂ ਸੀ ਉਹਨੇ ਬਾਅਦ ਤੇ ਫਿਰ ਦੱਸਿਆ ਸੀ ਕਿ ਮੈਂ ਤਾਂ ਤੇਰੇ ਸ਼ਹਿਰ ਆਈ ਸੰ ਦਵਾਈ ਲੈਣਾ ਮੀ ਨਾਲ ਸੀ ਤੇ ਫਿਰ ਤਾਂ ਗਲੋ ਨਾ ਤੇਰੇ ਕੋਲ ਨਹੀਂ ਆ ਸਕਿਆ ਚੱਕਰੋ ਮਾਸ਼ੱਲਾ ਮਾਰਕੀਟ ਸਾਡੀ ਹੈ ਸਵੇਰ ਟਾਈਮ ਦਾ ਮੰਜ਼ਰ ਹੈ ਸਵੇਰ ਟਾਈਮ ਮਾਸ਼ੱਲਾ ਮਾਰਕੀਟ ਖੁੱਲੀ ਹੋਈ ਹੈ ਲੈ ਸਵੇਰੇ ਸਵੇਰੇ ਸਵੇਰ ਸਵੇਰ ਟਾਈਮ ਲਓ ਜੀ ਉਹਨ ਮਾਰਕੀਟ ਬੰਦ ਹੋ ਗਈ ਮਾ ਇਹ ਵੇਖੋ ਸੁਨਸਾਨ ਹੋ ਗਈ ਹੈ ਕੋਈ ਚੀਜ਼ ਨਹੀਂ ਨਜ਼ਰ ਆ ਰਹੀ ਹੈ ਇੱਕ ਅੱਧੀ ਦੁਕਾਨ ਖੁੱਲੀ ਹੋਈ ਹੈ ਬਸ ਬਾਕੀ ਨੇ ਤੇ ਠੰਡ ਹੈ ਨਾ ਅਸਲ ਸਰਦੀ ਹੈ ਲੋਕ ਜਲਦੀ ਦੁਕਾਨ ਬੰਦ ਕਰਕੇ ਚਲੇ ਜਾਂਦੇ ਨੇ ਵੇਖ ਰਹੀ ਇਹ ਇੱਕ ਦੋ ਆਦਮੀ ਆ ਰਹੇ